ਕਿਹਾ ਜਾਂਦਾ ਕਿ ਸਿਆਸਤ ਵਿੱਚ ਕਦੇ ਵੀ ਕੋਈ ਪੱਕੇ ਤੌਰ ਤੇ ਸਾਥੀ ਜਾਂ ਦੁਸ਼ਮਣ ਨਹੀਂ ਹੁੰਦਾ। ਇਸ ਦੀ ਚੋਣ ਦੀ ਜਾਗਦੀ ਉਦਾਹਰਨ ਦਿੱਲੀ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਮਨਜੀਤ ਸਿੰਘ ਜੀਕੇ ਨੂੰ ਅਕਾਲੀ ਦਲ ਤੋਂ ਬਾਹਰ ਕੱਢਣ ਤੋਂ ਬਾਅਦ ਜੀਕੇ ਦੇ ਸਾਥੀ ਹੀ ਉਹਨਾਂ ਦਾ ਮੂੰਹ ਕਾਲਾ ਕਰਦੇ ਹੋਏ ਦਿਖਾਈ ਦੇ ਰਹੇ ਨੇ। ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਜਸਵੰਤ ਸਿੰਘ ਨੇ ਮਨਜੀਤ ਸਿੰਘ ਜੀਕੇ ਦੀਆਂ ਤਸਵੀਰਾਂ ਤੇ ਕਾਲੀ ਟੇਪ ਲਗਾ ਕੇ ਵਿਰੋਧ ਜਤਾਇਆ। ਤੁਹਾਨੂੰ ਦੱਸ ਦਈਏ, ਮਨਜੀਤ ਸਿੰਘ ਜੀਕੇ ਨੂੰ ਭ੍ਰਿਸ਼ਟਾਚਾਰ ਦੋਸ਼ ਤਹਿਤ ਅਕਾਲੀ ਦਲ ਵਿੱਚੋਂ ਬਾਹਰ ਕੱਢਿਆ ਗਿਆ, ਕਿਉਂਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਵਿਰੁੱਧ ਉਹਨਾਂ ਦੇ ਪ੍ਰਧਾਨ ਰਹਿੰਦਿਆਂ ਹੋਇਆਂ ਗੋਲਕ ਦੀ ਲੁੱਟ ਦੇ ਵੱਡੇ ਖੁਲਾਸੇ ਕੀਤੇ ਹਨ ਤੇ ਕਿਹਾ ਜਾ ਰਿਹਾ ਮਨਜੀਤ ਸਿੰਘ ਜੀਕੇ ਨੇ ਗੋਲਕ ਦੇ ਕਰੋੜਾਂ ਰੁਪਏ ਲੁੱਟ ਕੇ ਆਪਣਾ ਹੀ ਘਰ ਭਰ ਲਿਆ। ਤੇ ਕਾਲਾ ਕੁਝ ਹੋਰ ਕਰਨ ਦਾ ਸੀ ਮੇਰਾ, ਪਰ ਫਿਲਹਾਲ ਜੋ ਮੈਨੂੰ ਜ਼ਰੂਰੀ ਲੱਗਿਆ ਹਲੇ ਕਿ ਸਾਡੇ ਆਫਿਸ ਉਹਨਾਂ ਦੀ ਫੋਟੋ ਲੱਗੀ ਹੈ, ਜੋ ਮੈਂ ਬਰਦਾਸ਼ਤ ਨਹੀਂ ਕਰ ਪਾਇਆ ਉਹਨਾਂ ਨੂੰ ਫੋਟੋ ਵਿੱਚ ਵੀ ਕਿ ਬਾਦਲ ਸਾਹਿਬ ਨਾਲ ਉਹਨਾਂ ਦੀ ਫੋਟੋ ਹੈਗੀ ਹੈ, ਸਾਡੀ ਇੱਕ ਗਰੁੱਪ ਫੋਟੋ ਬਾਹਰ ਹੈਗੀ ਹੈ, ਉਹ ਸਾਡੇ ਨਾਲ ਬੈਠੇ ਨੇ, ਇਹ ਮੈਨੂੰ ਬਿਲਕੁਲ ਨਹੀਂ ਅੱਛਾ ਲੱਗਿਆ। ਔਰ ਮੈਂ ਉਹਦੇ ਉੱਪਰ ਟੇਪ ਲਗਾਤੀ ਔਰ ਆਪਣਾ ਜੋ ਮੇਰਾ ਅੰਦਰ ਦਾ ਗੁੱਸਾ ਸੀ ਉਹ ਮੈਂ ਜ਼ਾਹਿਰ ਕੀਤਾ। ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਵੱਡੀ ਮੁਹਿੰਮ ਦੇ ਤਹਿਤ ਗਠਿਤ ਕੀਤੀ ਗਈ SDF ਦੇ AIG ਸਨੇਦੀਪ ਸ਼ਰਮਾ ਨੇ ਖੁਲਾਸਾ ਕੀਤਾ ਕਿ ਸਈ ਰਾਮਪਾਲ ਦੀ ਅਗਵਾਈ ਵਿੱਚ ਗਿੱਲ ਨਹਿਰ ਪੁਲ ਨੇੜਿਓਂ ਗੁਪਤ ਸੂਚਨਾ ਦੇ ਆਧਾਰ ਤੇ ਦੋ ਔਰਤਾਂ ਸਣੇ ਤਿੰਨ ਮੁਲਾਜ਼ਮਾਂ ਨੂੰ 2 ਕਿਲੋ 200 ਗ੍ਰਾਮ ਹੈਰੋਇਨ ਅਤੇ 2 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ। ਸੂਤਰਾਂ ਮੁਤਾਬਕ ਪਕੜੀ ਗਈ ਹੈਰੋਇਨ ਦੀ ਕੀਮਤ 12 ਕਰੋੜ ਰੁਪਏ ਦੱਸੀ ਜਾਂਦੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ SDF ਦੇ AIG ਸਨੇਦੀਪ ਸ਼ਰਮਾ ਨੇ ਦੱਸਿਆ ਕਿ ਮੁਲਾਜ਼ਮਾਂ ਨੂੰ ਵੱਖ ਵੱਖ ਸਮੇਂ ਗੁਪਤ ਸੂਚਨਾ ਦੇ ਆਧਾਰ ਤੇ ਕਾਬੂ ਕੀਤਾ ਗਿਆ, ਜਦੋਂ ਕਿ ਉਹਨਾਂ ਦਾ ਇੱਕ ਹੋਰ ਸਾਥੀ ਮੁਲਜ਼ਮ ਸੰਜੀਵ ਕੁਮਾਰ ਉਰਫ ਸਨੀ ਮੌਕੇ ਤੋਂ ਫਰਾਰ ਹੋ ਗਿਆ। ਗ੍ਰਿਫਤਾਰ ਕੀਤੇ ਮੁਲਾਜ਼ਮਾਂ ਵਿੱਚ ਕੇਵਲ ਕ੍ਰਿਸ਼ਨ ਉਰਫ ਕਾਲਾ, ਪਾਇਲ ਅਤੇ ਪੂਨਮ ਰਾਣੀ ਦੱਸਿਆ ਜਾ ਰਿਹਾ। AIG ਨੇ ਦੱਸਿਆ ਕਿ ਇਹ ਤਿੰਨੋਂ ਮੁਲਾਜ਼ਮ ਵੱਖ ਵੱਖ ਇਲਾਕਿਆਂ ਦੇ ਵਿੱਚ ਹੈਰੋਇਨ ਦੀ ਸਪਲਾਈ ਕਰਦੇ ਨੇ, ਜਦੋਂ ਕਿ ਕੇਵਲ ਕ੍ਰਿਸ਼ਨ ਉਰਫ ਕਾਲਾ ਮੋਗਾ ਦੇ ਵਿੱਚ ਇੱਕ ਚਾਹ ਦੀ ਦੁਕਾਨ ਚਲਾਉਂਦਾ ਹੈ, ਜਦੋਂ ਕਿ ਪਾਇਲ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਦਾ ਕੰਮ ਕਰਦੀ ਹੈ ਅਤੇ ਪੂਨਮ ਰਾਣੀ ਘਰੇਲੂ ਔਰਤ ਹੈ। ਸਨੇਦੀਪ ਸ਼ਰਮਾ ਨੇ ਦਾਅਵਾ ਕੀਤਾ ਕਿ ਤਿੰਨੇ ਮੁਲਾਜ਼ਮਾਂ ਨੇ ਇਹ ਕਬੂਲ ਕਰ ਲਿਆ ਕਿ ਉਹ ਤਿੰਨੇ ਮਿਲ ਕੇ ਸੰਜੀਵ ਕੁਮਾਰ ਉਰਫ ਸਨੀ ਤੋਂ ਹੀਰੋਇਨ ਲਿਆ ਕੇ ਅੱਗੇ ਵੇਚਦੇ ਸਨ ਅਤੇ ਬੀਤੇ 2 ਸਾਲਾਂ ਤੋਂ ਇਹ ਕੰਮ ਕਰ ਰਹੇ ਹਨ। ਇਸ ਦੀ ਡਿਟੇਲ ਇਸ ਤਰ੍ਹਾਂ ਹੈ ਕਿ ਇੰਸਪੈਕਟਰ ਹਰਬੰਸ ਸਿੰਘ ਇੰਚਾਰਜ SDF ਲੁਧਿਆਣਾ ਯੂਨਿਟ, ਇਹਨਾਂ ਨੇ 3 ਵਿਅਕਤੀ ਜਿਹੜੇ ਨੇ, 2 ਔਰਤਾਂ ਔਰ 1 ਆਦਮੀ ਨੂੰ ਗ੍ਰਿਫਤਾਰ ਕੀਤਾ। 1 ਆਦਮੀ ਪਕੌੜਾ, ਇਹਨਾਂ ਦੇ ਕੋਲੋਂ 2 ਕਿਲੋ 200 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ, 2 ਲੱਖ ਰੁਪਏ ਡਰੱਗ ਮਨੀ ਕੈਸ਼ ਜਿਹੜਾ ਇਹਨਾਂ ਕੋਲ ਕੈਸ਼ ਬਰਾਮਦ ਹੋਇਆ, 1 ਗੱਡੀ ਬਰਾਮਦ ਹੋਈ ਹੈ ਜਿਹੜੀ ਕਿ ਇਸ ਕੰਮ ਲਈ ਯੂਜ਼ ਕੀਤੀ ਜਾਂਦੀ ਸੀਗੀ। ਇਸ ਤੋਂ ਇਲਾਵਾ ਕਿਹਾ ਜਾ ਰਿਹਾ ਕਿ ਵੀ 3 ਗੱਡੀਆਂ ਇਹਨਾਂ ਕੋਲ ਹੋਰ ਨੇ ਜਿਹੜੀਆਂ ਕਿ ਇਸ ਡਰੱਗ ਡੀਲਿੰਗ ਦੇ ਵਿੱਚ ਯੂਜ਼ ਕਰ ਲਈ, ਉਹਦੇ ਬਾਰੇ ਅਸੀਂ ਕਰ ਰਹੇ ਹਾਂ। ਸੰਜੀਵ ਕੁਮਾਰ ਹੈ ਭਗੌੜਾ ਜੀ, ਇਹ ਮੇਨ ਇਹਨਾਂ ਤੋਂ ਅਜੇ ਤੱਕ ਦੇ ਸੋਫਾਰ ਦੇ ਨੈਟ ਜਿਹੜਾ ਨੈਟਵਰਕ ਸਾਹਮਣੇ ਆਇਆ ਉਹਦੇ ਸੰਜੀਵ ਕੁਮਾਰ ਹੀ ਪ੍ਰੋਕਿਓਰ ਕਰਕੇ ਇਹਨਾਂ ਦੇ ਥਰੂ ਸਾਰਾ ਡਿਸਟਰੀਬਿਊਟ ਕਰਦਾ ਅਤੇ ਜੁਆਇੰਟਲੀ ਵੇਚ। ਦੇਖੋ ਜਿਹੜੀ ਕੁਆਲਿਟੀ ਆਫ ਹੈਰੋਇਨ ਦੱਸੀ ਜਾ ਰਹੀ ਹੈਗੀ ਉਹ ਤੋਂ ਟਰਾਂਸਪੋਰਟ ਰਹੀ ਹੈ, ਇਹਦਾ ਮਤਲਬ ਇਹ ਹੈ ਵੀ ਸੰਜੀਵ ਕੁਮਾਰ ਦੇ ਫੜੇ ਜਾਣ ਤੋਂ ਪਤਾ ਲੱਗੇਗਾ ਕਿਉਂਕਿ ਕਿਸ ਏਰੀਏ ਤੋਂ ਲੈ ਕੇ ਆਉਂਦੇ, ਮੋਸਟ ਪ੍ਰੋਬਲੀ ਇਹ ਜਿਹੜਾ ਤਰਨ ਤਾਰਨ ਏਰੀਏ ਤੋਂ ਲੈ ਕੇ ਆਉਂਦਾ। ਹਾਂਜੀ, ਸੰਜੀਵ ਦੀ ਵਾਈਫ ਜਿਹੜੀ ਹੈ ਜੀ ਇਹ ਪਾਇਲ ਹੈ, ਕਹਿੰਦੇ ਆ ਕਿ ਕਲੇਮ ਕਰਦੇ ਕਿ ਮੈਂ ਟਿਊਸ਼ਨਾਂ ਪੜ੍ਹਾਉਂਦੀ ਹਾਂ, ਪਰ ਅਜੇ ਅਸੀਂ ਦੇਖਾਂਗੇ ਵੀ ਵਾਕਈ ਪੜ੍ਹਾਉਂਦੀ ਕਿ ਨਹੀਂ ਪੜ੍ਹਾਉਂਦੀ। ਸਰ ਕਿੰਨੀ ਦੇਰ ਤੋਂ ਕੰਮ ਕਰਦੇ ਆ ਰਹੇ? ਇਹ ਕਾਫੀ ਦੇਰ ਤੋਂ ਇਨਵੋਲਵ ਨੇ, 2-2.5 ਸਾਲ ਤੋਂ, ਔਰ ਇਹਨਾਂ ਦੇ FIR ਆਲਰੇਡੀ ਰਜਿਸਟਰਡ ਨੇ। ਲੁਧਿਆਣੇ ਕਰਦੇ ਸੀ, ਲੁਧਿਆਣੇ ਦੇ ਸਰਾਊਂਡਿੰਗ ਏਰੀਆ ਜਿਹੜੇ ਸੈਟੇਲਾਈਟ ਏਰੀਆ ਹੈਗੇ ਉੱਥੋਂ ਵੀ ਇਹਨਾਂ ਕੋਲ ਲੈਣ ਆਉਂਦੇ ਸੀਗੇ, ਈਵਨ ਮੋਗੇ ਤੋਂ ਵੀ ਲੋਕ ਇੱਥੋਂ ਲੈ ਕੇ ਜਾਂਦੇ ਸੀ। ਨੋਰਮਲੀ ਜਿਹੜਾ ਇਹ ਟ੍ਰੈਂਡ ਦੇਖਿਆ ਗਿਆ ਸੀਗਾ ਮੋਗਾ ਸਾਈਡ ਤੋਂ, ਫਿਰੋਜ਼ਪੁਰ ਸਾਈਡ ਤੋਂ ਲੁਧਿਆਣੇ ਆਉਂਦੀ ਹੈ, ਲੇਕਿਨ ਇਹਨਾਂ ਦਾ ਵਿੱਚ ਰਿਵਰਸ ਹੈ ਕਿ ਮੋਗੇ ਤੋਂ ਵੀ ਵਿੱਚ ਲੈਣ ਵਾਲੇ ਇਹਦੇ ਕੋਲ ਆਉਂਦੇ ਸੀ ਔਰ ਮੋਗੇ ਤੋਂ ਵੀ। ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ MP ਸੁਖਬੀਰ ਸਿੰਘ ਬਾਦਲ ਹਿਰਾਸਤ ਵਿੱਚ ਹੋਈ ਨੌਜਵਾਨ ਦੀ ਮੌਤ ਮਾਮਲੇ ਵਿੱਚ ਪੀੜਿਤ ਪਰਿਵਾਰ ਨੂੰ ਮਿਲਣ ਧਰਨੇ ਵਿੱਚ ਪਹੁੰਚੇ ਅਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ। ਉਹਨਾਂ ਫਰੀਦਕੋਟ ਦੇ SSP ਰਾਜ ਬਚਨ ਨਾਲ ਵੀ ਮੁਲਾਕਾਤ ਕਰ ਪਰਿਵਾਰ ਨੂੰ ਹਰ ਇੱਕ ਪੱਖ ਤੋਂ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਉਹਨਾਂ ਪਰਿਵਾਰ ਨੂੰ ਹਰ ਤਰ੍ਹਾਂ ਵੱਲੋਂ ਖੜੇ ਹੋਣ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਪੰਜਾਬ ਵਿੱਚ ਹਾਲਾਤ
ਹਾਲਾਤ ਹੋ ਗਏ ਨੇ। ਅਜਿਹਾ ਲੱਗਦਾ ਕਿ ਸਰਕਾਰ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈ। ਪੰਜਾਬ ਵਿੱਚ ਕੈਪਟਨ ਸਾਹਿਬ ਪੰਜਾਬ ਲਈ ਸਭ ਤੋਂ ਮਾੜਾ ਮੁੱਖ ਮੰਤਰੀ ਸਾਬਿਤ ਹੋਏ ਨੇ। ਦੇਖੋ, ਮੈਂ SSP ਸਾਹਿਬ ਨੂੰ ਬੜਾ ਕਲੀਅਰ ਕਿਹਾ, ਸਾਡੇ ਇਲਾਕੇ ਦਾ ਬੱਚਾ ਸੀ ਜਿਹਨੂੰ ਇੱਥੇ ਪੁਲਿਸ ਕਸਟਡੀ 'ਚ ਮਰ ਗਿਆ। ਅਕਲੇਅਰ ਜਿਹੜੇ ਲੋਕ ਹੈ ਰਿਸਪੋਂਸਿਬਲ, ਦੇ ਹੈਵ ਟੂ ਬੀ ਕੋਟ। ਦੂਜੀ ਗੱਲ, ਜਿਹੜੀ ਲਾਸ਼ ਹੈ ਉਹ ਜਿਹੜੀ ਬੋਡੀ ਬਿਲਕੁਲ ਮਿਲਣੀ ਚਾਹੀਦੀ ਹੈ, ਐਂਡ ਜਿਹੜੀ ਫੈਮਿਲੀ ਨੂੰ ਸਾਰੀ ਸੈਟਿਸਫੈਕਸ਼ਨ ਅਤੇ ਸਾਰੀ ਅਸੀਂ ਦੇਖ ਰਹੇ ਹਾਂ, ਨਹੀਂ ਤਾਂ ਵੀ ਅਪਰੋਚ ਦਾ ਹਾਈ ਕੋਰਟ ਫੋਰ ਆਪਣੀ ਫੋਰ ਅ ਨਿਊ ਇਨਵੈਸਟੀਗੇਸ਼ਨ। ਫਰੀਦਕੋਟ ਦੇ ਨਾਲ ਨਾਲ ਪੰਜਾਬ ਦੇ ਵਿੱਚ ਹੋਰ ਘਟਨਾ ਵਾਪਰ ਰਹੀਆਂ, ਉਹਦੇ ਬਾਰੇ ਕੀ ਕਹਿਣਾ ਸੀ? ਸਰਕਾਰੀ ਹੈ ਨਹੀਂ ਇੱਥੇ ਮੁੱਖ ਮੰਤਰੀ, ਜਿੱਥੇ ਮੁੱਖ ਮੰਤਰੀ ਨਾ ਹੋਏ, ਜਿਹਨੂੰ ਪਤਾ ਨਾ ਹੋਏ, ਜਾਂ ਲੋਅ ਐਂਡ ਆਰਡਰ ਦੀ ਮੀਟਿੰਗ ਨਾ ਕਰੇ, ਕਿਸੇ ਨੂੰ ਮਿਲੇ ਨਾ ਕਰੇ ਨਾ, ਉੱਥੇ ਹੋਊਗਾ ਕੀ? ਇਹ ਤੋਂ ਮਾੜਾ ਮੁੱਖ ਮੰਤਰੀ ਉਹਨਾਂ ਕਿਹਾ ਹੀ, ਉੱਥੋਂ ਜਾਂਚ ਹੋਣੀ ਚਾਹੀਦੀ ਹੈ, ਜਾਂਚ ਕਰਾਵਾਂਗੇ ਜਿੰਨਾ ਵੀ ਸਾਡਾ ਸਹਿਯੋਗ ਹੈ, ਤੁਹਾਨੂੰ ਨਾਲ ਨਾਲ ਮੋਢੇ ਦੇ ਮੁੰਡਾ ਜੁੜ ਕੇ ਖੜੇ ਹਾਂ ਜੀ ਪਰਿਵਾਰ ਦੇ ਨਾਲ ਖੜੇ। SSP ਸਾਹਿਬ ਦੇ ਅੰਦਰ ਦਫ਼ਤਰ 'ਚ ਤੁਹਾਨੂੰ ਵੀ ਬੁਲਾਇਆ ਸੀ, ਪਰਿਵਾਰ ਨੂੰ ਸਾਰੇ ਨੂੰ, ਕੀ ਅੰਦਰ ਗੱਲਾਂ ਹੋਈਆਂ ਜੀਆਂ? ਅੰਦਰ ਇੱਕ ਤਾਂ ਵੀਡੀਓ ਉਹਨਾਂ ਨੇ ਵਿਖਾਈ ਜੀ, ਪਰ ਥੋੜ੍ਹੀ ਜਿਹੀ ਵਿਖਾਈ ਆ ਵੀ ਮੁੰਡਾ ਸੁਸਾਈਡ ਕਰ ਗਿਆ। ਉਹਨਾਂ ਨੇ ਆਖਿਆ ਜੀ ਮੁੰਡਾ ਸੁਸਾਈਡ ਕਰ ਗਿਆ, ਤਾਂ ਇਹਦੀ ਲਾਸ਼ ਦਿਓ ਜੀ, ਲਾਸ਼ ਕਿਉਂ ਨਹੀਂ ਦੇ ਰਹੇ? ਅੱਗੋਂ ਕੋਈ ਜਵਾਬ ਤਾਂ ਹੈ ਨਹੀਂ ਸੀ, ਕਹਿੰਦੇ ਲੱਭ ਰਹੇ ਹਾਂ ਜੀ, ਬਸ ਇੰਨਾ ਕਹਿ ਕੇ ਡਾਲਤਾ, ਵਾਹ ਵਾਹ ਤਾੜਿਆ ਉਹਨਾਂ ਨੂੰ ਜੀ। ਹਾਂਜੀ, ਕਿਸ ਤਰ੍ਹਾਂ ਦਾ ਮਾਹੌਲ ਸੀ ਅੰਦਰ? ਮਾਹੌਲ ਤਾਂ ਠੀਕ ਸੀ ਅੰਦਰ, ਨਹੀਂ ਮਤਲਬ ਕਹਿੰਦਾ ਵੀ ਉਹਨਾਂ ਨੇ ਪੂਰਾ ਸਖਤੀ ਨਾਲ, ਹਾਂ ਨਹੀਂ ਪੂਰਾ ਪੂਰਾ ਸਖਤੀ ਨਾਲ ਕਿਹਾ ਜੀ ਉਹਨਾਂ ਨੇ, ਪੂਰਾ ਤਾੜਿਆ ਵੀ ਇਹ ਪਰਿਵਾਰ ਮੇਰਾ ਆਪਦਾ, ਅਤੇ ਪੂਰਾ ਇਹਨਾਂ ਨੇ ਸਹਿਯੋਗ ਦਿਓ, ਜਿਵੇਂ ਵੀ ਹੁੰਦਾ ਨਾ ਵੀ ਕਰਕੇ ਦਿਓ ਫੈਸਲਾ ਜੀ ਇਹਨਾਂ। ਉਹਨੇ ਆਖਿਆ ਵੀ ਮੈਂ ਬਹੁਤ ਘਟਨਾ ਮਹਿਸੂਸ ਕਰਨਾ ਵੀ ਸਾਡਾ ਬੱਚਾ ਸਾਡੇ ਇਲਾਕੇ ਦਾ, ਪਰ ਚਲੋ ਉਹਨੇ ਮੰਨ ਕੇ ਚਲੋ ਸੁਹਿਡ ਕਰ ਲਿਆ ਵੀ ਉਹਦੀ ਲਾਸ਼ ਤਾਂ ਦਿਓ, ਲਾਸ਼ ਜੀ ਗੋਤਾਖੋਰ ਲਾ ਲਏ, ਇਹਨਾਂ ਨੂੰ ਪਰਿਵਾਰ ਨੂੰ ਨਾਲ ਲੈ ਕੇ ਇਹਨਾਂ ਦੀ ਲਾਸ਼ ਲਵਾਓ। ਅਗਲੇ ਤਾਂ 11 ਦੀ ਕਮੇਟੀ ਦਾ ਟਾਈਮ ਰੱਖਿਆ ਸੀ ਵੀ ਕਮੇਟੀ ਦੇ ਆਉਣਗੇ ਅਤੇ ਉਹਨਾਂ ਨਾਲ ਸਲਾਹ ਕਰਾਂਗੇ। ਇੱਕ ਅੱਧੇ ਦਿਨ 'ਚ ਅਸੀਂ ਰੋਡ ਰੋਕਾਂਗੇ ਜੀ, ਹਾਈਵੇ ਰੋਕਾਂਗੇ ਜਾਂ ਰੇਲ ਰੋਕਾਂਗੇ ਜੀ, ਕੋਈ ਨਾ ਕੋਈ ਪ੍ਰਦਰਸ਼ਨ ਵੱਡਾ ਕਰਾਂਗੇ ਇਸ ਤੋਂ ਬਾਅਦ ਹੀ। ਹਾਂਜੀ, ਮਤਲਬ ਜੇ ਇੱਕ ਦੋ ਦਿਨ ਵਿੱਚ ਜੇ ਨਾ ਫੈਸਲਾ ਹੋਇਆ ਜੀ, ਤੁਹਾਡੇ ਵੱਡਾ ਸਟੈਂਡ ਲਵਾਂਗੇ ਜੀ, ਲੋਕ ਸਾਡੇ ਨਾਲ ਖੜੇ ਆ, ਲੋਕਾਂ ਦੇ ਫੋਨ ਵੀ ਆ ਰਹੇ ਆ, ਜੋ ਤੁਸੀਂ ਕਹੋਗੇ ਅਸੀਂ ਤੁਹਾਡੇ ਨਾਲ ਹਾਂ ਜੀ। ਇਹ ਤੋਂ ਵੱਡਾ ਇਕੱਠ ਕਰਕੇ ਸੜਕਾਂ, ਜੋ ਕੱਲ੍ਹ ਵੀ ਅਸੀਂ ਰੋਕਦੇ ਰਹੇ ਲੋਕਾਂ ਨੂੰ ਵੀ ਨਾ ਆਏਗਾ ਜੇ ਕੰਮ ਕਰੋ, ਪਰ ਲੋਕਾਂ ਦੇ ਸੜਕਾਂ ਰੋਕੋ, ਪਰ ਅਸੀਂ ਫਿਰ ਵੀ ਵਿਸ਼ਵਾਸ ਦਵਾਇਆ ਲੋਕਾਂ ਨੂੰ ਵੀ ਇੱਕ ਅੱਧੇ ਦਿਨ ਜੇ ਰੁਕ ਜਾਓ।